ਸਾਇੰਸ ਅਤੇ ਟੈਕਨੋਲੋਜੀ ਦੇ ਅੱਜ ਦੇ ਦੌਰ ਦੇ ਵਿੱਚ ਲੋਕ ਆਪਣੇ ਆਪ ਨੂੰ ਕਾਫੀ ਤਰੱਕੀਆਂ ਤੇ ਲੈ ਕੇ ਜਾ ਰਹੇ ਨੇ। ਇਸ ਭੱਜ ਦੌੜ ਦੀ ਦੁਨੀਆ ਦੇ ਵਿੱਚ ਦੌਰ ਦੇ ਵਿੱਚ ਅਸੀਂ ਬਹੁਤ ਕੁਝ ਸਿੱਖ ਰਹੇ ਹਾਂ, ਬਹੁਤ ਤਰੱਕੀਆਂ ਕਰ ਰਹੇ ਹਾਂ, ਪਰ ਇਸ ਦੇ ਚੱਲਦੇ ਹੋਏ ਇੱਕ ਚੀਜ਼ ਦੀ ਕਮੀ ਸਾਡੇ ਵਿੱਚ ਸਾਰਿਆਂ ਵਿੱਚ ਦਿਖਾਈ ਦਿੰਦੀ ਹੈ, ਉਹ ਹੈ ਸਹਿਣਸ਼ੀਲਤਾ। ਸਹਿਣਸ਼ੀਲਤਾ ਦੀ ਕਮੀ ਸਾਡੇ ਸਾਰਿਆਂ ਵਿੱਚ ਆ। ਅਸੀਂ ਹਲਕੀ ਜਿਹੀ ਗੱਲ 'ਤੇ ਜਿਹੜਾ ਆਪਣੇ ਆਪ 'ਤੇ ਖਿਜਣ ਲੱਗਦੇ ਹਾਂ, ਅਤੇ ਇਹ ਖਿਚਾਓ ਜਿਹੜਾ ਸਾਡਾ ਦਿਮਾਗੀ ਸਟ੍ਰੈਸ, ਜਿਸ ਨੂੰ ਦਿਮਾਗੀ ਤਣਾਅ ਵੀ ਅਸੀਂ ਕਹਿ ਸਕਦੇ ਹਾਂ, ਉਹ ਪੈਦਾ ਕਰਦਾ ਗਾ। ਅਤੇ ਇਸ ਤਣਾਅ ਦੇ ਚੱਲਦੇ ਚੱਲਦੇ ਸਾਡੇ ਵਿੱਚ ਹਜ਼ਾਰਾਂ ਬਿਮਾਰੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ, ਅਤੇ ਇਹਨਾਂ ਬਿਮਾਰੀਆਂ ਨੂੰ ਅਸੀਂ ਹਲਕੇ ਨਹੀਂ ਲੈ ਸਕਦੇ। ਇਹ ਬਿਮਾਰੀਆਂ ਜਿਹੜੀਆਂ ਹਲਕੀ ਹਲਕੀ ਛੋਟੀ ਛੋਟੀ ਗੱਲ ਤੋਂ ਲੈ ਕੇ, ਇੱਕ ਖਿਸਣ ਤੋਂ ਲੈ ਕੇ ਦਿਮਾਗੀ ਤਣਾਅ, ਦਿਮਾਗੀ ਜਿਹੜਾ ਸਾਡਾ ਡਿਪਰੈਸ਼ਨ ਆ ਉਸ ਤੀਕਰ ਪਹੁੰਚ ਜਾਂਦਾ, ਅਤੇ ਇੱਥੋਂ ਤੱਕ ਕਿ ਇੱਕ ਉੱਚ ਲੋਕ ਇਸ ਤਣਾਅ ਦੇ ਚੱਲਦੇ ਚੱਲਦੇ ਖੁਦਕੁਸ਼ੀਆਂ ਤੱਕ ਵੀ ਪਹੁੰਚ ਜਾਂਦੇ ਨੇ। ਇਸੇ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨੇ ਮਸ਼ਹੂਰ ਡਾਕਟਰ ਸਤੀਸ਼ ਥਾਪਾ ਜੀ। ਡਾਕਟਰ ਜੀ, ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਜਿੱਦਾਂ ਕਿ ਤੁਸੀਂ ਹੁਣੇ ਸੁਣਿਆ ਹੋਊਗਾ ਨਾ, ਬਹੁਤ ਸਾਰੇ ਜਿਹੜੇ ਆ ਸਾਡੇ ਯੂਥ ਆ, ਚਾਹੇ ਓਲਡ ਏਜ ਦੇ ਪਰਸਨ ਆ, ਉਹਨਾਂ ਨੂੰ ਦਿਮਾਗੀ ਤਣਾਅ ਜਿਹੜਾ ਕਾਫੀ ਹੱਦ ਤੱਕ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ। ਆਖਿਰ ਇਹ ਮਾਨਸਿਕ ਬਿਮਾਰੀ ਹੈ ਕੀ? ਮਾਨਸਿਕ ਬਿਮਾਰੀ ਹੈ ਜਿਹੜੀ, ਇਹ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਹੁੰਦੀਆਂ। ਇਹਨੂੰ ਆਪਾਂ ਜਿਸ ਤਰ੍ਹਾਂ ਤੁਸੀਂ ਹੁਣੇ ਇੰਟਰੋਡਕਸ਼ਨ 'ਚ ਦੱਸਿਆ ਕਿ ਇਹ ਸਟ੍ਰੈਸ ਤੋਂ ਸਟਾਰਟ ਹੋ ਕੇ ਇੱਕ ਮਾਮੂਲੀ ਜਿਹਾ ਸਟ੍ਰੈਸ ਹੈ, ਉਸ ਤੋਂ ਲੈ ਕੇ ਇਹ ਡਿਪਰੈਸ਼ਨ ਦਾ ਰੂਪ ਲੈ ਸਕਦੀ ਹੈ। ਸਟ੍ਰੈਸ ਜਿਹੜਾ ਹੈਗਾ, ਸਟ੍ਰੈਸ ਕੁਝ ਸਮੇਂ ਲਈ ਇਨਸਾਨ ਨੂੰ ਹੋਏਗਾ, ਇੱਕ ਸਿਚੁਏਸ਼ਨਲ ਹੋਏਗਾ, ਇੱਕ ਕੋਈ ਘਰੇਲੂ ਪਰੇਸ਼ਾਨੀ ਜਾਂ ਕੰਮ ਦੀ ਪਰੇਸ਼ਾਨੀ ਜਾਂ ਸਮਾਜਿਕ ਪਰੇਸ਼ਾਨੀ ਤੋਂ ਹੋਏਗਾ, ਉਹ ਕੁਝ ਸਮੇਂ ਲਈ ਹੋਏਗਾ। ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਪਰੇਸ਼ਾਨੀ ਦਾ ਸਮਾਂ ਬੀਤਦਾ ਜਾਏਗਾ ਜਾਂ ਉਹ ਪਰੇਸ਼ਾਨੀ ਦੂਰ ਹੋ ਜਾਏਗੀ, ਉਹਦਾ ਸਟ੍ਰੈਸ ਜਿਹੜਾ ਹੈ ਉਹ ਠੀਕ ਹੁੰਦਾ ਚਲਿਆ ਜਾਏਗਾ। ਅਤੇ ਇਹ ਜਦੋਂ ਇੱਕ ਜਿਹੜਾ ਇਹ ਸਟ੍ਰੈਸ ਹੈ ਜਾਂ ਸੈਡਨੈਸ ਹੈ ਜਾਂ ਉਦਾਸੀ ਹੈ ਜਿਹੜੀ ਲੰਬੇ ਸਮੇਂ ਤੱਕ ਰਹਿੰਦੀ ਹੈ ਔਰ ਕਾਫੀ ਦੇਰ ਤੱਕ ਰਹਿੰਦੀ ਹੈ ਔਰ ਕਾਫੀ ਮਤਲਬ ਉਹਨੂੰ ਕੋਈ ਖੁਸ਼ੀ ਵਾਲਾ ਵਾਕਿਆ ਵੀ ਹੋਏ ਤਾਂ ਵੀ ਖੁਸ਼ੀ ਨਹੀਂ ਆਉਂਦੀ, ਉਹਦੇ ਨਾਲ ਉਹ ਨੋਰਮਲ ਚੀਜ਼ਾਂ ਜਿਹਨਾਂ ਨੂੰ ਉਹ ਇੰਜੋਏ ਕਰਦਾ ਸੀ ਉਹ ਵੀ ਘੱਟ ਜਾਂਦੀ ਹੈ, ਤਾਂ ਇਹ ਹੌਲੀ ਹੌਲੀ ਜਦੋਂ ਇਹ ਸਾਰੀਆਂ ਚੀਜ਼ਾਂ ਨਾਲ ਤਣਾਅ ਦੇ ਆ ਜਾਂਦੀਆਂ ਤਾਂ ਇਹ ਡਿਪਰੈਸ਼ਨ ਦਾ ਰੂਪ ਲੈ ਲੈਂਦੀਆਂ। ਜੀ ਦੋਸਤੋ, ਜਿਵੇਂ ਤੁਹਾਨੂੰ ਹੁਣੇ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਕਿ ਕੁਝ ਸਟ੍ਰੈਸ ਹੁੰਦਾ ਗਾ ਹਲਕੇ ਹਲਕੇ ਕੁਝ ਸਮੇਂ ਬਾਅਦ, ਉਹਦਾ ਇੱਕ ਲਿਮਿਟ ਸਮਾਂ ਹੁੰਦਾ, 2 ਮਹੀਨੇ ਹੋਏ, 3 ਮਹੀਨੇ ਬਾਅਦ ਹੋਏ, ਉਹ ਸਾਡੇ ਘਰੇਲੂ ਤਣਾਅ ਹੁੰਦਾ ਜਿਹੜਾ ਉਹ ਹੁੰਦਾ ਗਾ, ਅਤੇ ਉਸ ਨਾਲ ਜਿਹੜਾ ਦਿਮਾਗੀ ਕੋਈ ਬਿਮਾਰੀ ਪੈਦਾ ਨਹੀਂ ਹੁੰਦੀ। ਪਰ ਜਿਹੜਾ ਸਟ੍ਰੈਸ ਅਸੀਂ ਲਗਾਤਾਰ ਲੈਂਦੇ ਜਾ ਰਹੇ ਹਾਂ, ਸਾਡੇ ਕੋਲ ਗੱਲ ਕਰਨ ਲਈ ਕੋਈ ਦੋਸਤ ਨਹੀਂ ਹੁੰਦਾ ਗਾ, ਜਾਂ ਫਿਰ ਉਸ ਗੱਲ ਸਾਡੇ ਅੰਦਰ ਘੁੰਮਦੀ ਰਹਿੰਦੀ ਹੈ ਬਾਰ ਬਾਰ, ਉਹ ਇੱਕ ਦਿਮਾਗੀ ਬਿਮਾਰੀ ਹੈ ਜਿਹੜੀ ਕਾਫੀ ਭਿਆਨਕ ਰੂਪ ਲੈ ਸਕਦੀ ਹੈ। ਜੀ ਡਾਕਟਰ ਸਾਹਿਬ, ਇਸ ਬਿਮਾਰੀ ਨੂੰ ਪਹਿਚਾਨਣ ਦੇ ਕੁਝ ਲੱਛਣ, ਸ਼ੁਰੂਆਤੀ ਇਸ ਨੂੰ ਕਿਵੇਂ ਪਹਿਚਾਨਿਆ ਜਾ ਸਕਦਾ? ਜਿਹੜੀ ਜਿਸ ਤਰ੍ਹਾਂ ਆਪਾਂ ਜਿਹੜੀ ਸਭ ਤੋਂ ਜ਼ਿਆਦਾ ਕੋਮਨ ਬਿਮਾਰੀ ਹੈ ਉਹ ਹੈਗੀ ਹੈ ਜੀ ਸਕੈਟ੍ਰਿਕ ਬਿਮਾਰੀ ਹੈਗੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਡਿਪਰੈਸ਼ਨ। ਡਿਪਰੈਸ਼ਨ ਦੇ ਵਿੱਚ 2-3 ਚੀਜ਼ਾਂ ਹੁੰਦੀਆਂ ਜਿਹੜੀਆਂ, ਇੱਕ ਤਾਂ ਹੈਗਾ ਕਿ ਜਿਹੜੀ ਉਦਾਸੀ ਹੈ ਉਹ ਹਰ ਸਮੇਂ ਰਹਿੰਦੀ ਹੈ ਅਤੇ ਹਰ ਮੌਕੇ 'ਤੇ ਰਹਿੰਦੀ ਹੈ ਅਤੇ ਹਰ ਸਿਚੁਏਸ਼ਨ 'ਚ ਰਹਿੰਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਘਰ ਦੇ ਵਿੱਚ ਕੋਈ ਖੁਸ਼ੀ ਦੀ ਵੀ ਗੱਲ ਹੋਏ ਤਾਂ ਬੰਦਾ ਉਹ ਖੁਸ਼ੀ ਉਹਨੂੰ ਨਹੀਂ ਮਾਣ ਸਕਦਾ, ਮਹਿਸੂਸ ਨਹੀਂ ਕਰਦਾ। ਫਿਰ ਉਹ ਕਿਸੇ ਵੀ ਜੇ ਕੋਈ ਘਰ ਚੰਗੀ ਗੱਲ ਹੋਈ ਹੈ ਤਾਂ ਵੀ ਉਹਨੂੰ ਖੁਸ਼ੀ ਨਹੀਂ ਹੋਣੀ। ਜੇ ਉਹ ਇਹ ਨਹੀਂ ਹੈ ਕਿ ਦਿਨ ਦੇ ਵਿੱਚ ਕਿਸੇ ਸਮੇਂ ਉਹ ਖੁਸ਼ ਰਹਿੰਦਾ, ਕਿਸੇ ਸਮੇਂ ਉਦਾਸ ਰਹਿੰਦਾ, ਉਹ ਪੂਰਾ ਦਾ ਪੂਰਾ ਸਮੇਂ ਉਦਾਸ ਹੀ ਰਹੇਗਾ। ਇਸ ਤੋਂ ਇਲਾਵਾ ਇੱਕ ਹੋਰ ਲੱਛਣ ਜਿਹੜਾ ਪਾਇਆ ਜਾਂਦਾ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਇਨਸਾਨ ਪਹਿਲਾਂ ਇੰਜੋਏ ਕਰਦਾ ਸੀ, ਜਿੱਦਾਂ ਮੰਨ ਲਓ ਕਿ ਬੰਦੇ ਨੂੰ ਬਾਹਰ ਘੁੰਮਣਾ ਫਿਰਨਾ ਪਸੰਦ ਸੀਗਾ ਜਾਂ ਗਾਣਾ ਸੁਣਨਾ ਪਸੰਦ ਸੀ ਜਾਂ TV ਦੇਖਣਾ ਜਾਂ ਫਿਲਮਾਂ ਦੇਖਣਾ ਜਾਂ ਕੋਈ ਵੀ ਜਿਸ ਤਰ੍ਹਾਂ ਕੋਈ ਉਹਦੀ ਜਿਹੜੀਆਂ ਚੀਜ਼ਾਂ ਸੀ ਉਹ ਪਲੈਜਰੇਬਲ ਐਕਟੀਵਿਟੀਜ਼ ਜਿਹੜੀਆਂ ਉਹਨੂੰ ਪਹਿਲਾਂ ਪਸੰਦ ਸੀਗੀਆਂ
ਉਹਨਾਂ ਵੱਲੋਂ ਇੰਟਰਸਟ ਲੈਣਾ ਬੰਦ ਕਰ ਦਿੰਦਾ। ਇਹਨਾਂ ਦੋਨਾਂ 'ਚੋਂ ਇੱਕ ਚੀਜ਼ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੰਦੇ ਨੂੰ ਜਾਂ ਤਾਂ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਜਾਂ ਬਿਲਕੁਲ ਨੀਂਦ ਆਉਣੀ ਬੰਦ ਹੋ ਜਾਂਦੀ ਹੈ। ਨੀਂਦ ਆਉਣੀ ਬੰਦ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਾਂ ਤਾਂ ਬੰਦੇ ਨੂੰ ਲੇਟਦਾ, ਪਾਸੇ ਮਾਰਦਾ ਰਹਿੰਦਾ, ਉਹਨੂੰ ਨੀਂਦ ਨਹੀਂ ਆਉਂਦੀ, ਜਾਂ ਜਦੋਂ ਵਿੱਚ ਨੂੰ ਨੀਂਦ ਟੁੱਟ ਜਾਂਦੀ ਹੈ ਤਾਂ ਉਹ ਫਿਰ ਦੁਬਾਰਾ ਨੀਂਦ ਨਹੀਂ ਆਉਂਦੀ ਉਹਨੂੰ। ਇਸੇ ਤਰ੍ਹਾਂ ਭੁੱਖ ਜ਼ਿਆਦਾ ਲੱਗਣਾ ਜਾਂ ਭੁੱਖ ਘੱਟ ਲੱਗਣਾ, ਦੋਨੋਂ ਡਿਪਰੈਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਪਲੈਸਨੈਸ, ਜਿਹਨੂੰ ਆਪਾਂ ਇਹ ਕਹਿ ਦਿੰਦੇ ਹਾਂ ਵੀ ਨਮੋਸ਼ੀ ਆਪਣੇ ਫਿਊਚਰ ਨੂੰ ਲੈ ਕੇ, ਪ੍ਰੈਜੈਂਟ ਸਿਚੁਏਸ਼ਨ ਨੂੰ ਲੈ ਕੇ ਅਤੇ ਆਪਣੇ ਪਾਸਟ ਬਾਰੇ ਵੀ, ਕਿ ਉਹ ਜਦੋਂ ਬੰਦਾ ਆਪਣੇ ਪਾਸਟ ਬਾਰੇ ਸੋਚਦਾ ਤਾਂ ਉਹਨੂੰ ਆਪਣੀਆਂ ਅਸਫਲਤਾਵਾਂ, ਨਾਕਾਮੀਆਂ ਹੀ ਯਾਦ ਆਉਂਦੀਆਂ, ਕਾਮਯਾਬੀਆਂ, ਪ੍ਰਾਪਤੀਆਂ ਯਾਦ ਨਹੀਂ ਆਉਂਦੀਆਂ। ਇਸੇ ਤਰ੍ਹਾਂ ਅੱਜ ਦੀ ਡੇਟ 'ਚ ਉਹਨੂੰ ਇਹ ਲੱਗਦਾ ਹੈ ਕਿ ਹੁਣ ਮੈਂ ਠੀਕ ਨਹੀਂ ਹੋ ਸਕਦਾ, ਪ੍ਰੈਜੈਂਟ ਸਿਚੁਏਸ਼ਨ। ਹੋਪਲੈਸ ਅਬਾਊਟ ਫਿਊਚਰ ਦਾ ਮਤਲਬ ਹੈ ਵੀ ਉਹਨੂੰ ਇਹ ਲੱਗਦਾ ਕਿ ਇਹ ਜਿਹੜੀ ਸਿਚੁਏਸ਼ਨ ਹੈ ਇਹ ਗਾਂਹ ਜਾ ਕੇ ਵੀ ਅੱਗੇ ਕੋਈ ਭਵਿੱਖ ਦੇ ਵਿੱਚ ਵੀ ਇਹ ਕਿਤੇ ਠੀਕ ਨਹੀਂ ਹੋਣ ਵਾਲੀ ਹੈ। ਇਸੇ ਤਰ੍ਹਾਂ ਇੱਕ ਹੋਰ ਚੀਜ਼ ਹੁੰਦੀ ਆ ਵਰਥਲੈਸਨੈਸ। ਵਰਥਲੈਸਨੈਸ ਦਾ ਮਤਲਬ ਹੈ ਕਿ ਉਹ ਬੰਦਾ ਆਪਣੇ ਆਪ ਨੂੰ ਬੇਕਾਰ ਸਮਝਣ ਲੱਗ ਪੈਂਦਾ। ਜਿਹੜੀ ਜ਼ਿਆਦਾ ਸਵੀਅਰ ਕੇਸ ਆਫ ਡਿਪਰੈਸ਼ਨ ਹੁੰਦੇ ਆ, ਜਿਹੜੇ ਜ਼ਿਆਦਾ ਵਧੀ ਹੋਈ ਡਿਪਰੈਸ਼ਨ ਹੁੰਦੀ ਆ, ਉਹਦੇ 'ਚ ਇਨਸਾਨ ਨੂੰ ਆਤਮ ਹੱਤਿਆ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ। ਆਤਮ ਹੱਤਿਆ ਦੇ ਕੁਛ ਲੋਕਾਂ ਨੂੰ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ ਕਿ ਆਤਮ ਹੱਤਿਆ ਦਾ ਖਿਆਲ ਆਇਆ ਲੇਕਿਨ ਉਹ ਘਬਰਾ ਗਿਆ ਅਤੇ ਉਹਨੇ ਉਸ ਤੋਂ ਅੱਗੇ ਨਹੀਂ ਸੋਚਿਆ। ਅਤੇ ਕੁਛ ਜਿਹੜਾ ਜ਼ਿਆਦਾ ਖਤਰਨਾਕ ਹੁੰਦਾ ਹੈ ਵੀ ਪੇਸ਼ੈਂਟ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਇਹ ਗੱਲ ਦੱਸਦਾ ਵੀ ਮੈਂ ਐਕਟਿਵਲੀ ਪਲੈਨ ਕਰ ਰਿਹਾ ਕਿ ਮੈਂ ਕਿਸ ਤਰ੍ਹਾਂ ਕਰਾਂਗਾ। ਅਤੇ ਇਹਦੇ 'ਚ ਦੋ ਤਿੰਨ ਚੀਜ਼ਾਂ ਹੁੰਦੀਆਂ ਕਿ ਇਹਨੂੰ ਪੂਰਾ ਡਿਟੇਲ 'ਚ ਦੇਖਣਾ ਪੈਂਦਾ। ਆਹ ਜਿਹੜੇ ਮੈਂ ਪਹਿਲੇ ਦੋ ਲੱਛਣਾਂ ਤੋਂ ਬਾਅਦ ਜਿਹੜੇ ਬਾਕੀ ਲੱਛਣ ਦੱਸੇ ਆ, ਇਹਨਾਂ 'ਚੋਂ ਕੋਈ ਤਿੰਨ ਲੱਛਣ ਹੋਣ, ਪਹਿਲੇ ਦੋਵਾਂ 'ਚੋਂ ਇੱਕ ਲੱਛਣ ਹੋਏ ਅਤੇ ਪਿਛਲੇ 14 ਦਿਨਾਂ ਤੋਂ ਲਗਾਤਾਰ ਹੋਏ, ਤਾਂ ਉਹਨੂੰ ਆਪਾਂ ਡਿਪਰੈਸ਼ਨ ਦੀ ਕੈਟੇਗਰੀ 'ਚ ਫਿੱਟ ਕਰਦੇ ਹਾਂ। ਪਰ ਅਗਰ ਇੱਕ ਇਕੱਲਾ ਲੱਛਣ ਜਿਹਨੂੰ ਜਿਹੜਾ ਇਹ ਕਿ ਆਪਣੇ ਆਪ ਨੂੰ ਆਤਮ ਹੱਤਿਆ ਦਾ ਲੱਛਣ ਹੈ ਜਿਹੜਾ, ਜੇ ਉਹ ਇੱਕੋ ਹੀ ਰਹਿੰਦਾ ਅਤੇ ਉਹ ਭਾਵੇਂ 5 ਦਿਨ ਦਾ 7 ਦਿਨ ਦਾ ਹੈ, ਉਹਨੂੰ ਵੀ ਅਸੀਂ ਡਿਪਰੈਸ਼ਨ 'ਚ ਕੈਟੇਗਰਾਈਜ਼ ਕਰ ਦਿੰਦੇ ਹਾਂ। ਸੋ ਫਿਰ ਇਹਦਾ ਇੱਕ ਐਮਰਜੈਂਸੀ ਦੇ ਵਿੱਚ ਓਨਾ ਹੀ ਐਮਰਜੈਂਸੀ 'ਚ ਇਲਾਜ ਜ਼ਰੂਰੀ ਹੈ ਜਿੰਨਾ ਇੱਕ ਹਾਰਟ ਦੇ ਪੇਸ਼ੈਂਟ ਦਾ ਇਲਾਜ ਜ਼ਰੂਰੀ ਹੈ, ਕਿਉਂਕਿ ਮੌਤ ਉਹਦੇ 'ਚ ਵੀ ਹੋ ਸਕਦੀ ਹੈ, ਮੌਤ ਇਹਦੇ 'ਚ ਵੀ ਹੋ ਸਕਦੀ। ਜੀ ਦੋਸਤੋ, ਤੁਹਾਨੂੰ ਲੱਛਣ ਅਤੇ ਇਸਦੀ ਸ਼ੁਰੂਆਤੀ ਪਹਿਚਾਣ ਆ ਜਿਹੜੀ ਉਹ ਡਾਕਟਰ ਸਾਹਿਬ ਨੇ ਬਖੂਬੀ ਦੱਸਿਆ। ਅਤੇ ਜ਼ਰੂਰੀ ਇਹ ਵੀ ਨਹੀਂ ਕਿ ਜਿਸ ਦੇ ਵਿੱਚ ਸਾਰੇ ਇਹ ਸਿਮਟਮ ਪਾਏ ਜਾਂਦੇ ਹੋਣ ਉਸਨੂੰ ਤਣਾਅ ਹੋਊਗਾ। ਕਈ ਵਾਰ ਇੱਦਾਂ ਹੁੰਦਾ ਇਹ ਸਿਮਟਮ ਕੁਝ ਭੁੱਖ ਨਾ ਲੱਗਣਾ ਜਾਂ ਨੀਂਦ ਨਾ ਆਉਣਾ, ਇਹ ਬਹੁਤ ਸਾਰੀਆਂ ਹੋਰ ਵੀ ਬਿਮਾਰੀਆਂ ਦੇ ਕਾਰਨ ਹੋ ਸਕਦੇ ਨੇਗੇ। ਪਰ ਜੇਕਰ ਅਸੀਂ ਬਾਰ ਬਾਰ ਇਸੇ ਚੀਜ਼ ਨੂੰ ਸੋਚਦੇ ਰਵਾਂਗੇ ਕਿ ਹਾਂ ਸ਼ਾਇਦ ਇਹ ਸਿਮਟਮ ਆ ਲੱਛਣ ਮੇਰੇ 'ਚ ਦਿਖਾਈ ਦੇ ਰਹੇ ਆ, ਤਾਂ ਇੱਕ ਤਣਾਅ ਦਾ ਕਾਰਨ ਹੋ ਸਕਦਾ। ਕਿ ਡਾਕਟਰ ਸਾਹਿਬ, ਇੱਦਾਂ ਹੋ ਸਕਦਾ ਕਿ ਫਿਰ ਜਿਹੜਾ ਤਣਾਅ ਸਾਨੂੰ ਪਹਿਲਾਂ ਅਸੀਂ ਨੋਰਮਲ ਹੋਈਏ, ਅਤੇ ਬਟ ਜੇ ਅਸੀਂ ਸੋਚ ਲਈਏ ਕਿ ਸ਼ਾਇਦ ਆਹ ਲੱਛਣ ਇਸ ਬਿਮਾਰੀ ਦੇ ਹੈ ਆ, ਅਤੇ ਸੋਚਦੇ ਸੋਚਦੇ ਇਹ ਬਿਮਾਰੀ ਜਿਹੜੀ ਆ ਸਾਡੇ ਘਰ ਅੰਦਰ ਘਰ ਕਰ ਸਕਦੀ ਆ? ਪਹਿਲੀ ਗੱਲ ਤਾਂ ਦੇਖੋ, ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹ ਇੱਕ ਜ਼ਰੂਰੀ ਚੀਜ਼ ਹੈ ਕਿ ਆਪਾਂ ਜਿਹੜਾ ਹੈ ਡਿਪਰੈਸ਼ਨ ਹੈ ਇੱਕ ਨੋਰਮਲ ਬਿਮਾਰੀ ਹੈ ਜਿਹੜੀ ਕਿ ਕਿਸੇ ਨੂੰ ਵੀ ਹੋ ਸਕਦੀ ਹੈ। ਮੈਂ ਅੱਜ ਇਲਾਜ ਕਰ ਰਿਹਾ ਕਿਸੇ ਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਨਹੀਂ ਹੋ ਸਕਦੀ, ਇਹ ਕਿਸੇ ਨੂੰ ਵੀ ਹੋ ਸਕਦੀ ਹੈ। ਇਹ ਓਨੀ ਹੀ ਕੋਮਨ ਬਿਮਾਰੀ ਹੈ ਜਿੰਨੀ ਕਿ ਇੱਕ ਕੋਮਨ ਬਿਮਾਰੀ ਆਪਾਂ ਇਹ ਲਗਾਓ ਕਿ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਜਾਂ ਸ਼ੂਗਰ ਦੀ ਬਿਮਾਰੀ ਆਪਾਂ ਕੋਮਨ ਕਹਿੰਦੇ ਹਾਂ, ਜਾਂ ਇੱਕ ਨੋਰਮਲ ਖਾਂਸੀ ਜ਼ੁਕਾਮ ਹੈ, ਉਸੇ ਤਰ੍ਹਾਂ ਇੱਕ ਇਹ ਬਿਮਾਰੀ ਹੈ। ਇਹਨੂੰ ਆਪਾਂ ਸਿਰਫ ਇੱਕ ਬਿਮਾਰੀ ਤੱਕ ਸਮਝਣਾ। ਪ੍ਰੋਬਲਮ ਕੀ ਆਉਂਦੀ ਹੈ ਕਿ ਲੋਕ ਇਸ ਬਿਮਾਰੀ ਨੂੰ ਇਹ ਸਮਝਦੇ ਆ ਕਿ ਇਹ ਜਿਹੜੀ ਚੀਜ਼ ਹੈ ਇਹ ਕੋਈ ਮਾਨਸਿਕ ਕਮਜ਼ੋਰੀ ਹੈ। ਵੇਅਰ ਇਜ਼ ਇਹ ਕਮਜ਼ੋਰੀ ਨਹੀਂ ਹੈ, ਇਹ ਮਾਨਸਿਕ ਕਮਜ਼ੋਰੀ ਨਹੀਂ ਹੈ। ਨਾ ਹੀ ਇਹ ਜ਼ਿਆਦਾਤਰ ਇਹ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਉਹ ਇਹ ਕਹਿੰਦਾ, ਉਹ ਸਮਝਣ ਨਹੀਂ ਪਾਉਂਦਾ ਜਾਂ ਉਹਨੂੰ ਇਹ ਗੱਲ ਲੱਗਦੀ ਹੈ ਵੀ ਯਾਰ ਮੈਂ ਮੇਰੇ ਘਰ 'ਚ ਸਾਰਾ ਕੁਛ ਠੀਕ ਹੈ, ਮੈਨੂੰ ਇਹ ਕਿਉਂ ਹੋ ਗਿਆ? ਇਹ ਸਾਰੇ ਹਾਲਾਤ ਠੀਕ ਹੋਣ ਦੇ ਬਾਵਜੂਦ ਵੀ ਡਿਪਰੈਸ਼ਨ ਹੋ ਸਕਦੀ ਹੈ।
ਆਪਾਂ ਮੈਸੇਜ ਇਹ ਸਾਡੇ ਵੱਲੋਂ ਹੈ ਕਿ ਇਹ ਇੱਕ ਉਸੇ ਤਰ੍ਹਾਂ ਇੱਕ ਨੋਰਮਲ ਇਲਾਜ ਵਾਲੀ ਬਿਮਾਰੀ ਹੈ ਜਿਸ ਤਰ੍ਹਾਂ ਇੱਕ ਖਾਂਸੀ ਜ਼ੁਕਾਮ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਜਿਸ ਤਰ੍ਹਾਂ ਉਹਦਾ ਇਲਾਜ ਹੋ ਸਕਦਾ ਉਸੇ ਤਰ੍ਹਾਂ ਇਸ ਤਰ੍ਹਾਂ, ਕਿਉਂਕਿ ਇਹਦੇ 'ਚ ਸਟਿਗਮਾ ਬਹੁਤ ਅਟੈਚਡ ਹੈ। ਮਤਲਬ ਲੋਕ ਹੋਰ ਕੋਈ ਬਿਮਾਰੀ ਦਾ ਇਲਾਜ ਤਾਂ ਕਰਵਾ ਲੈਂਦੇ ਆ, ਲੇਕਿਨ ਜਦੋਂ ਸਕੈਟਰਿਸਟ ਕੋਲ ਜਾਂ ਡਿਪਰੈਸ਼ਨ ਦੀ ਦਵਾਈ ਲੈਂਦੇ ਹਾਂ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਪਤਾ ਨਹੀਂ ਕਿੰਨੀ ਕੁ ਮਾੜੀ ਗੱਲ ਹੈ ਜਾਂ ਕਿੰਨੀ ਕੁ। ਇਹ ਫਿਨੋਮਿਨਾ ਇੰਡੀਆ 'ਚ ਹੀ ਨਹੀਂ, ਵਰਲਡ ਓਵਰ ਇਹ ਹੈ, ਲੋਕ ਲੁਕਦੇ ਹੈ, ਲੋਕ ਛੁਪਦੇ ਆ ਇਸ ਬਿਮਾਰੀ ਤੋਂ, ਕਿ ਇਹਨੂੰ ਦੱਸਣ ਤੋਂ ਛੁਪਦੇ ਆ ਅਤੇ ਇਹਦਾ ਇਲਾਜ ਲੈਣ ਤੋਂ ਕਤਰਾਉਂਦੇ ਆ। ਸੋ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਤਣਾਅ ਲਈ ਅਸੀਂ ਵੀ ਓਨੇ ਹੀ ਹੋ ਸਕਦਾ, ਸਾਨੂੰ ਵੀ ਓਨਾ ਹੀ ਹੋ ਸਕਦਾ ਜਿੰਨਾ ਇੱਕ ਨੋਰਮਲ ਬੰਦੇ ਨੂੰ ਹੋ ਸਕਦਾ। ਅੱਜ ਮੈਂ ਦਵਾਈ ਲਿਖ ਰਿਹਾ ਇਹਦਾ ਮਤਲਬ ਇਹ ਨਹੀਂ ਹੈ ਕਿ ਕੱਲ੍ਹ ਨੂੰ ਮੈਨੂੰ ਡਿਪਰੈਸ਼ਨ ਨਹੀਂ ਹੋ ਸਕਦੀ। ਸੋ ਇਹ ਇੱਕ ਨੋਰਮਲ ਕੋਮਨ ਬਿਮਾਰੀ ਹੈ ਜਿਹਦਾ ਬੜਾ ਕੋਮਨ ਔਰ ਬੜਾ ਸੌਖਾ ਇਲਾਜ ਹੈ ਜੀ। ਸੋ ਬਹੁਤ ਸਾਰੇ ਲੋਕ ਜਿੱਦਾਂ ਕਿ ਡਾਕਟਰ ਸਾਹਿਬ ਨੇ ਹੁਣੇ ਦੱਸਿਆ, ਮਰੀਜ਼ ਜਿਹੜਾ ਆਪਣੇ ਆਪ ਨੂੰ ਬਿਮਾਰੀ ਨੂੰ ਸਭ ਨੂੰ ਸਾਹਮਣੇ ਦੱਸਣ ਤੋਂ ਕੰਨੀ ਕਤਰਾਉਂਦੇ ਨੇਗੇ, ਅਤੇ ਇਸ ਬਿਮਾਰੀ ਦੇ ਵਿੱਚ ਤੁਹਾਡੇ ਕੋਲ ਕਿਸ ਤਰੀਕੇ ਦੇ ਮਰੀਜ਼ ਜਿਹੜੇ ਆਉਂਦੇ ਨੇ? ਕੀ ਉਹ ਸਿਰਫ ਓਲਡ ਏਜ ਪਰਸਨ ਹੁੰਦੇ ਆ ਜਾਂ ਫਿਰ ਜੂਤ ਚੁਬਾ ਜਿਹੜੇ ਉਸ ਦੇ ਵਿੱਚ ਵੀ ਇਹ ਤਣਾਅ ਦੇਖਣ ਨੂੰ ਮਿਲਦਾ? ਹਰੇਕ ਏਜ ਦੇ ਡਿਫਰੈਂਟ ਚੈਲੇਂਜ ਹੈ। ਬੱਚੇ ਵੀ ਸਾਡੇ ਕੋਲ ਆਉਂਦੇ ਆ, ਜਵਾਨ ਵੀ ਆਉਂਦੇ ਆ ਅਤੇ ਬਜ਼ੁਰਗ ਲੋਕ ਵੀ ਆਉਂਦੇ ਆ। ਜ਼ਿਆਦਾਤਰ ਜਿਹੜੇ ਬੱਚਿਆਂ ਦੇ ਵਿੱਚ ਡਿਪਰੈਸ਼ਨ ਦੇ ਜਾਂ ਸਟ੍ਰੈਸ ਦੇ ਸਿੰਪਟਮ ਆਉਂਦੇ ਆ ਉਹ ਇੰਨੇ ਸਿੱਧੇ ਨਹੀਂ ਹੁੰਦੇ ਜਿੰਨੇ ਕਿ ਇੱਕ ਨੋਰਮਲ ਯੰਗ ਬੰਦਾ ਹੈ ਜਿਹੜਾ ਬੋਲ ਕੇ ਦੱਸ ਦਿੰਦਾ। ਉਹਦੇ ਹਮੇਸ਼ਾ ਸਿੰਪਟਮ ਇਸ ਤਰ੍ਹਾਂ ਦੇ ਹੋਣਗੇ, ਪੜ੍ਹਾਈ 'ਚ ਮਨ ਨਹੀਂ ਲੱਗਦਾ, ਸਕੂਲ ਜਾਣ ਤੋਂ ਰਿਫਿਊਜ਼ ਕਰ ਰਿਹਾ ਬੱਚਾ, ਖਾਣਾ ਘੱਟ ਕਰ ਦਿੱਤਾ, ਸੌਂਦਾ ਨਹੀਂ, ਕਿਉਂਕਿ ਬੱਚਾ ਇੱਕ ਪਰਟੀਕੁਲਰ ਏਜ ਤੋਂ ਪਹਿਲਾਂ ਇਹ ਦੱਸਣਾ ਉਹਦੇ ਲਈ ਬੜਾ ਮੁਸ਼ਕਲ ਹੈ ਕਿ ਮੈਂ ਉਦਾਸ ਹਾਂ, ਲੜਦਾ ਜ਼ਿਆਦਾ, ਚੀਜ਼ਾਂ ਤੋੜਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਟ੍ਰੈਸ ਦੀ ਜਾਂ ਡਿਪਰੈਸ਼ਨ ਦੀ ਅਲਾਮਤ ਦੇ ਹੋ ਸਕਦੀਆਂ। ਯੰਗ ਜਿਹੜੇ ਮੁੰਡੇ ਹੈਗੇ ਆ, ਕਈ ਵਾਰੀ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਆ ਬੈਕ ਏਕ ਨਾਲ ਆਉਂਦੇ ਆ, ਬੋਡੀ ਏਕਸ ਨਾਲ ਆਉਂਦੇ ਆ, ਜਦੋਂ ਉਹਨੂੰ ਜ਼ਿਆਦਾ ਫਰਦਰ ਦੇਖਿਆ ਜਾਂਦਾ, ਮੂਡ ਦੇ ਬਾਰੇ ਪੁੱਛਿਆ ਜਾਂਦਾ ਜਾਂ ਕੁਛ ਪਤਾ ਲੱਗਦਾ, ਫਿਰ ਪਤਾ ਲੱਗਦਾ ਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹ ਵੀ ਜਿਹੜੀ ਉਹਦੀ ਬੈਕ ਏਕ ਹੋ ਰਹੀ ਹੈ ਜਾਂ ਸਿਰ ਦਰਦ ਹੋ ਰਿਹਾ ਜਾਂ ਸਾਰਾ ਸਰੀਰ ਦੁੱਖ ਰਿਹਾ, ਇਹ ਵੀ ਇੱਕ ਡਿਪਰੈਸ਼ਨ ਦਾ ਪਾਰਟ ਹੋ ਸਕਦਾ। ਜਾਂ ਇੱਕ ਬਹੁਤ ਕੋਮਨ ਸਿੰਪਟਮ ਨਾਲ ਜਿਹੜੇ ਯੰਗ ਬੰਦੇ ਆਉਂਦੇ ਆ ਕਿ ਡਾਕਟਰ ਸਾਹਿਬ ਮੈਨੂੰ ਭੁੱਲਦਾ ਬਹੁਤ ਹੈ, ਜਾਂ ਮੈਂ ਹੁਣ ਕੰਮ 'ਚ ਓਨਾ ਕੰਸਨਟ੍ਰੇਟ ਨਹੀਂ ਕਰ ਪਾਉਂਦਾ, ਇਹ ਵੀ ਇੱਕ ਡਿਪਰੈਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ। ਮਤਲਬ ਇਕੱਲਾ ਕੰਸਨਟ੍ਰੇਸ਼ਨ ਨਾ ਬਣਨਾ ਇੱਕ ਡਿਪਰੈਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ, ਪਰ ਜਦੋਂ ਆਪਾਂ ਉਹਨੂੰ ਇਨ ਟੋਟੈਲਿਟੀ ਦੇਖਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਇਹ ਪੇਸ਼ੈਂਟ ਜਿਹੜਾ ਹੈਗਾ ਇਹ ਸਟ੍ਰੈਸ ਦਾ ਹੈ। ਅਕੋਰਡਿੰਗਲੀ ਓਲਡ ਏਜ ਦੇ ਵਿੱਚ ਇਨਸਾਨ ਇਕੱਲਾ ਪੈ ਜਾਂਦਾ, ਉਹ ਜ਼ਿਆਦਾਤਰ ਇਹ ਚਾਹੂਗਾ ਕਿ ਮੇਰਾ ਸਾਥ ਰਹੇ। ਉਹਨਾਂ ਦੇ ਸਿੰਪਟਮ ਥੋੜ੍ਹੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿੱਦਾਂ ਵੀਕਨੈਸ, ਬੋਡੀ ਏਕਸ, ਜਿੱਦਾਂ ਹੁਣ ਉਸ ਏਜ ਦੇ ਉੱਤੇ ਬਹੁਤ ਸਾਰੀਆਂ ਦਵਾਈਆਂ ਚੱਲਦੀਆਂ ਹੁੰਦੀਆਂ, ਤਾਂ ਕਈ ਵਾਰੀ ਫੈਮਿਲੀ ਨੂੰ ਜਾਂ ਪੇਸ਼ੈਂਟ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੈਨੂੰ ਕਿਸੇ ਦਵਾਈ ਦਾ ਸਾਈਡ ਇਫੈਕਟ ਹੈ, ਵੇਅਰ ਐਜ਼ ਉਹ ਓਬਵੀਅਸ ਜਿਹੜਾ ਹੁੰਦਾ ਉਹ ਡਿਪਰੈਸ਼ਨ ਦੇ ਸਿੰਪਟਮ ਹੁੰਦੇ ਆ ਜੀ। ਜੀ ਦੋਸਤੋ, ਸੋ ਲੱਛਣ ਕੀ ਹੁੰਦੇ ਆ ਇਸ ਬਿਮਾਰੀ ਦੇ, ਇਹ ਕਿਹੜੀ ਏਜ ਦੇ ਵਿੱਚ ਹੁੰਦੀ ਹੈ, ਇਹ ਤਾਂ ਡਾਕਟਰ ਸਾਹਿਬ ਨੇ ਦੱਸਿਆ, ਪਰ ਕੋਈ ਵੀ ਚੀਜ਼ ਤੁਸੀਂ ਚਾਹੇ ਕੰਮ ਕਰਨਾ ਸ਼ੁਰੂ ਕਰਦੇ ਆ ਜਾਂ ਫਿਰ ਕੋਈ ਬਿਮਾਰੀ ਹੈ, ਸਭ ਤੋਂ ਅਹਿਮ ਚੀਜ਼ ਸਾਡੇ ਲਈ ਹੁੰਦਾ ਸਾਡਾ ਪਰਿਵਾਰ, ਅਤੇ ਜੇਕਰ ਪਰਿਵਾਰ ਤੁਹਾਡਾ ਸਾਥ ਦਿੰਦਾ ਚਾਹੇ ਉਹ ਕੋਈ ਨਸ਼ਾ ਚਾਹੇ ਕੋਈ ਬਿਮਾਰੀ ਆ, ਤਾਂ ਫਿਰ ਤੁਸੀਂ ਆ ਕਿਸੇ ਵੀ ਬਿਮਾਰੀ ਤੋਂ ਨਜਾਤ ਜਿਹੜੇ ਬੜੀ ਆਸਾਨੀ ਨਾਲ ਪਾ ਸਕਦੇ ਆ। ਡਾਕਟਰ ਸਾਹਿਬ, ਇਸ ਬਿਮਾਰੀ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚ ਪਰਿਵਾਰ ਨੂੰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਉਹ ਵਰਤਣੀਆਂ ਚਾਹੀਦੀਆਂ ਨੇ? ਦੋ ਤਿੰਨ ਚੀਜ਼ਾਂ ਹੈ ਜੀ ਜਿਹੜੀਆਂ ਆਪਾਂ ਆਪਣੇ ਲੈਵਲ 'ਤੇ ਕਰ ਸਕਦੇ ਹਾਂ। ਇੱਕ ਤਾਂ ਜਿਹੜਾ ਪੇਸ਼ੈਂਟ ਹੈ ਉਹ ਆਪਣੇ ਲੈਵਲ 'ਤੇ ਕਰ ਸਕਦਾ,
ਐਕਸਰਸਾਈਜ਼, ਖਾਣਾ ਰੈਗੂਲਰ, ਜਿੰਨੀ ਦੇਰ ਤੁਸੀਂ ਖਾਣਾ ਖਾ ਰਹੇ ਹੋ ਉਹਨੂੰ ਸਲੋਲੀ ਖਾਓ, ਇੰਜੋਏ ਕਰਕੇ ਖਾਓ, ਖਾਣਾ ਖਾਂਦੇ ਸਮੇਂ ਹੋਰ ਕੋਈ ਕੰਮ ਨਾ ਕਰੋ। ਇਸ ਤੋਂ ਇਲਾਵਾ ਮੈਕਸੀਮਮ ਕੋਸ਼ਿਸ਼ ਕਰੋ ਵਰਤਮਾਨ 'ਚ ਰਹਿਣ ਦੀ। ਆਪਾਂ ਉਦੋਂ ਹੀ ਸਫ਼ਰ ਕਰਾਂਗੇ, ਸਟ੍ਰੈੱਸ ਉਦੋਂ ਹੀ ਆਪਾਂ ਨੂੰ ਜ਼ਿਆਦਾ ਆਏਗਾ ਜਦੋਂ ਆਪਾਂ ਜੋਤਸ਼ੀ ਬਣਨ ਦੀ ਕੋਸ਼ਿਸ਼ ਕਰਾਂਗੇ। ਜੋਤਸ਼ੀ ਤੋਂ ਭਾਵ ਹੈ ਵੀ ਆਪਣਾ ਫਿਊਚਰ ਆਪ ਹੀ ਪ੍ਰਡਿਕਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਵੀ ਕੱਲ੍ਹ ਨੂੰ ਇੱਦਾਂ ਹੋ ਜੂਗਾ, ਫਿਰ ਇੱਦਾਂ ਹੋ ਜੂਗਾ, ਫਿਰ ਇੱਦਾਂ ਹੋ ਜੂਗਾ, ਜਦਕਿ ਉਹ ਹੋਇਆ ਨਹੀਂ ਹੁੰਦਾ। ਆਪਾਂ ਉਸ ਚੀਜ਼ ਨੂੰ ਵਧਾ ਵਧਾ ਕੇ ਆਪ ਹੀ ਉਹਨੂੰ ਬਿਮਾਰੀ ਦਾ ਬਿਮਾਰੀ ਵੱਲ ਨੂੰ ਲੈ ਜਾਂਦੇ ਹਾਂ। ਇਸੇ ਤਰ੍ਹਾਂ ਹਲਕੀ ਸੈਰ, ਹਲਕੀ ਐਕਸਰਸਾਈਜ਼, ਸ਼ਰਾਬ, ਕੌਫੀ, ਚਾਹ ਇਹਦਾ ਘੱਟ ਸੇਵਨ ਜਿਹੜਾ ਹੈ ਇਹ ਇਹ ਆਪਾਂ ਨੂੰ ਹੈਲਦੀ ਰੱਖੇਗਾ। ਇਸੇ ਤਰ੍ਹਾਂ ਜਦੋਂ ਵੀ ਬੰਦਾ ਸਟ੍ਰੈੱਸ 'ਚ ਹੈ ਅਸੀਂ ਉਹਨੂੰ ਇੱਕ ਗੱਲ ਕਹਿੰਦੇ ਹਾਂ ਕਿ ਆਪਣੇ ਕੋਲ ਪਰਿਵਾਰ ਲਈ ਟਾਈਮ ਹੈ, ਬੱਚਿਆਂ ਲਈ ਟਾਈਮ ਹੈ, ਸਾਰਿਆਂ ਲਈ ਟਾਈਮ ਹੈ, ਆਪਾਂ ਆਪਣੇ ਵਾਸਤੇ ਟਾਈਮ ਨਹੀਂ ਕੱਢਦੇ। ਜਦੋਂ ਵੀ ਸਟ੍ਰੈੱਸ ਦੇ ਵਿੱਚ ਹੁੰਦੇ ਹਾਂ ਆਪਾਂ ਇਹ ਕਹਿੰਦੇ ਹਾਂ ਕਿ ਸਪੈਂਡ ਸਮ ਗੁੱਡ ਟਾਈਮ, ਇਟ ਕੈਨ ਬੀ ਬਿਟਵੀਨ 10 ਮਿੰਟ ਤੋਂ ਲੈ ਕੇ 20 ਮਿੰਟ ਤੱਕ ਦਾ ਟਾਈਮ ਜਾਂ ਅੱਧੇ ਘੰਟੇ ਦਾ ਟਾਈਮ ਹੁੰਦਾ ਜਿਹੜਾ ਤੁਸੀਂ ਆਪਣੇ ਆਪ ਦੀ ਕੰਪਨੀ 'ਚ ਇੰਜੋਏ ਕਰੋ। ਔਰ ਉਹਦੇ ਵਿੱਚ ਆਪਣੀ ਜਿੰਨੀ ਵੀ ਪ੍ਰੋਬਲਮਸ ਹੈ ਉਹਨਾਂ ਨੂੰ ਸੋਚੋ ਅਤੇ ਉਹਨਾਂ ਦਾ ਹੱਲ ਸੋਚੋ। ਸਿੰਪਲ ਪ੍ਰੋਬਲਮ ਸੋਲਵਿੰਗ ਟੈਕਨੀਕਸ ਅਸੀਂ ਪੇਸ਼ੈਂਟ ਨੂੰ ਦੱਸਦੇ ਹਾਂ ਵੀ ਕੋਈ ਵੀ ਪ੍ਰੋਬਲਮ ਹੈ ਜਿਹੜੀ ਜਦੋਂ ਉਹਨੂੰ ਆਪਾਂ ਐਜ਼ਿਊਮ ਕਰਕੇ ਦੇਖਦੇ ਹਾਂ ਵੀ ਆਹ ਬੜੀ ਵੱਡੀ ਪ੍ਰੋਬਲਮ ਹੈ, ਜੇ ਉਹਨੂੰ ਉਹੀ ਰਿਪੀਟ ਕਰੀ ਜਾਓਗੇ ਇਹ ਚੀਜ਼ ਹੈ ਇਹ ਚੀਜ਼ ਹੈ, ਉਹ ਵੱਡੀ ਦੀ ਵੱਡੀ ਰਹੇਗੀ। ਜਦੋਂ ਆਪਾਂ ਉਹਨੂੰ ਛੋਟੇ ਛੋਟੇ ਸਟੈਪਸ ਦੇ ਵਿੱਚ ਤੋੜ ਲਵਾਂਗੇ, ਇੱਕ ਇੱਕ ਸਟੈਪ ਦਾ ਹੱਲ ਕੱਢਣਾ ਸ਼ੁਰੂ ਕਰਾਂਗੇ, ਉਹੀ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਹੌਲੀ ਹੌਲੀ ਘੱਟਦੀ ਚੱਲੀ ਜਾਏਗੀ। ਇਸੇ ਤਰ੍ਹਾਂ ਜਿਹੜਾ ਫੈਮਿਲੀ ਹੈ, ਫੈਮਿਲੀ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ। ਪੇਸ਼ੈਂਟ ਕਦੀ ਵੀ ਕੋਈ ਨਮੋਸ਼ੀ ਦੀ ਗੱਲ ਕਰਦਾ ਹੈ ਉਹਨੂੰ ਇਹ ਨਹੀਂ ਕਹਿ ਕੇ ਕਹਿਣਾ ਵੀ ਇਹ ਤਾਂ ਵਹਿਮ ਕਰਦਾ ਹੈ, ਉਹਦਾ ਧਿਆਨ ਰੱਖਣਾ, ਉਹਦੀ ਗੱਲ ਨੂੰ ਸੁਣਨਾ। ਆਮ ਤੌਰ 'ਤੇ ਕਦੀ ਵੀ ਉਹਦੀ ਡਿਪਰੈਸ਼ਨ ਦੀ ਜਾਂ ਸੁਸਾਈਡ ਦੀ ਗੱਲ ਜੇ ਉਹਨੇ ਕੀਤੀ ਹੈ ਉਹਨੂੰ ਕਦੀ ਵੀ ਹਲਕੇ 'ਚ ਨਹੀਂ ਲੈਣਾ। ਇਹ ਦੇਖਿਆ ਗਿਆ ਵਰਲਡ ਓਵਰ, ਇੱਕ ਸਟੱਡੀ ਹੋਈ ਹੋਈ ਹੈ ਕਿ ਜਿੰਨੇ ਵੀ ਬੰਦਿਆਂ ਨੇ ਸੁਸਾਈਡ ਕੀਤਾ ਹੈ, ਸੁਸਾਈਡ ਅਟੈਂਪਟ ਕੀਤੀ ਹੈ ਅਤੇ ਉਹ ਬਚ ਗਏ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸੁਸਾਈਡ ਸਰਵਾਈਵਰ ਹੈ, ਉਹਨਾਂ ਨੂੰ ਜਿੰਨਿਆਂ ਦੀ ਵੀ ਇੰਟਰਵਿਊ ਲਈ ਗਈ ਹੈ, ਜਿੰਨਿਆਂ ਨੂੰ ਬਾਅਦ 'ਚ ਐਗਜ਼ਾਮਿਨ ਕੀਤਾ ਗਿਆ, ਸਾਰਿਆਂ ਨੇ ਇਹ ਗੱਲ ਕਹੀ ਹੈ ਵੀ ਇੱਕ ਸਮੇਂ 'ਤੇ ਐਸਾ ਸੀਗਾ ਕਿ ਮੈਨੂੰ ਇਹ ਲੱਗਦਾ ਸੀਗਾ ਕਿ ਅਗਰ ਮੈਂ ਉਹ ਬੰਦਾ ਮੇਰੇ ਨਾਲ ਗੱਲ ਕਰ ਲੈਂਦਾ ਤਾਂ ਮੈਂ ਇਹ ਵਾਲਾ ਅਟੈਂਪਟ ਨਹੀਂ ਕਰਦਾ ਸੀ। ਸੋ ਆਪਣੇ ਕਲੋਜ਼, ਆਪਣੇ ਕਰੀਬੀ, ਆਪਣੇ ਦੋਸਤਾਂ ਨੂੰ ਕਦੀ ਇਗਨੋਰ ਨਾ ਕਰੋ। ਤੁਹਾਡੇ ਲਈ ਉਹਦੀ ਇੱਕ ਸਿੰਪਲ ਕਾਲ ਹੋ ਸਕਦੀ ਹੈ, ਹੋ ਸਕਦਾ ਵੀ ਉਹਦੇ ਲਈ ਉਹ ਜ਼ਿੰਦਗੀ ਮੌਤ ਦਾ ਸਵਾਲ। ਸੋ ਉਹਨੂੰ ਇਗਨੋਰ ਨਹੀਂ ਕਰਨਾ, ਉਹਦੀ ਕਾਲ ਅਟੈਂਡ ਕਰੋ, ਉਹਦੇ ਨਾਲ ਗੱਲ ਕਰੋ, ਸ਼ਾਇਦ ਤੁਹਾਡੇ ਦਿੱਤਾ ਹੋਇਆ 1 ਮਿੰਟ ਉਹਦੀ ਜਿਹੜੀ ਹੈਗੀ ਉਹ ਜ਼ਿੰਦਗੀ ਬਚਾ ਜਾਏ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਹਰ ਇੱਕ ਤਣਾਅ ਵਾਲੇ ਮਰੀਜ਼ ਨੂੰ ਆਪਣੇ ਲਈ 10 ਤੋਂ 15 ਮਿੰਟ ਦਾ ਸਮਾਂ ਜਿਹੜਾ ਉਹ ਕੱਢਣਾ ਚਾਹੀਦਾ, ਕਿ ਇਸ 10 ਜਾਂ 15 ਮਿੰਟ ਦਾ ਸਮਾਂ ਜੋ ਆਪਣੇ ਲਈ ਕੱਢਦਾ ਉਸਦੇ ਦਿਮਾਗ ਦੇ ਵਿੱਚ ਇਹ ਸਵਾਲ ਨਹੀਂ ਆ ਸਕਦਾ ਕਿ ਉਹ ਖੁਦਕੁਸ਼ੀ ਕਰ ਲਏ, ਸ਼ਾਇਦ ਉਹਨੂੰ ਸਾਰੀਆਂ ਬਿਮਾਰੀਆਂ ਜਾਂ ਜਿਹੜੀਆਂ ਤਕਲੀਫਾਂ ਨੇ ਉਹਨਾਂ ਤੋਂ ਨਿਜਾਤ ਪਾ ਸਕਦਾ, ਜਾਂ ਫਿਰ ਕੋਈ ਖੁਦਕੁਸ਼ੀ ਇਸ ਬਿਮਾਰੀ ਦੇ ਵਿੱਚ ਮਾਨਸਿਕ ਤੌਰ 'ਤੇ ਜੇਕਰ ਆਪਾਂ ਗੱਲ ਕਰ ਰਹੇ ਹਾਂ ਤਣਾਅ ਦੀ ਗੱਲ ਕਰ ਰਹੇ ਹਾਂ, ਤਾਂ ਕੋਈ ਖਾਸ ਸਟੇਜ ਆਉਂਦਾ ਗਾ ਕਿ ਜਿੱਥੇ ਉਸਨੂੰ ਲੱਗਦਾ ਕਿ ਹਾਂ ਖੁਦਕੁਸ਼ੀ ਹੀ ਇਸ ਦਾ ਹੱਲ ਆ ਇੱਕੋ ਇੱਕ? ਜਦੋਂ ਵੀ ਖੁਦਕੁਸ਼ੀ ਦੀ ਮਰੀਜ਼ ਦੇ ਦਿਮਾਗ ਦੇ ਵਿੱਚ ਗੱਲ ਆਏਗੀ ਜਾਂ ਆਪਣੇ ਕੋਈ ਕਿਸੇ ਵੀ ਆਪਣੇ ਕਰੀਬੀ ਦੇ ਦਿਮਾਗ 'ਚ ਗੱਲ ਆਏਗੀ, ਉਸ ਤੋਂ ਪਹਿਲਾਂ ਕਾਫੀ ਜ਼ਿਆਦਾ ਹਿੰਟ ਜਾਂ ਇਨਫ ਸੰਕੇਤ ਜਿਹੜੇ ਹੈਗੇ ਆ ਆਪਾਂ ਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ। ਦੂਸਰੀ ਗੱਲ ਇਹ ਹੈ ਕਿ ਸੁਸਾਈਡ ਦੇ ਵਿੱਚ ਸਿਰਫ ਔਰ ਸਿਰਫ ਸੁਸਾਈਡ ਆਈਡੀਆ ਲੈ ਕੇ ਇੱਕ ਇਹ ਗੱਲ ਕਹਿਣਾ ਇੱਦਾਂ ਦੀ ਜ਼ਿੰਦਗੀ ਤੋਂ ਮੌਤ ਚੰਗੀ ਹੈ, ਅਤੇ ਇੱਕ ਇਹ ਗੱਲ ਕਹਿਣਾ ਵੀ ਬਸ ਮੈਂ ਹੁਣ ਮਰ ਹੀ ਜਾਣਾ,
ਅਤੇ ਇੱਕ ਇਹ ਗੱਲ ਕਹਿਣਾ ਵੀ ਮੈਂ ਜੇ ਮੈਂ ਕੁਛ ਕਰ ਗਿਆ ਤਾਂ ਮੈਂ ਬਦਲਾ ਲੈ ਕੇ ਜਾਊਂਗਾ, ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਦੇ ਵਿੱਚ ਬਹੁਤ ਡਿਫਰੈਂਸ ਹੈ। ਕਦੀ ਵੀ ਇੱਕ ਪਹਿਲਾਂ ਇੱਕ ਲੋਕਾਂ ਦੇ ਦਿਮਾਗ 'ਚ ਇਹ ਗੱਲ ਸੀਗੀ, ਇੱਕ ਵਹਿਮ ਸੀਗਾ ਕਿ ਆਪਾਂ ਕਿਸੇ ਨਾਲ ਸੁਸਾਈਡ ਦੇ ਬਾਰੇ ਡਿਸਕਸ ਕਰਾਂਗੇ ਤਾਂ ਆਪਾਂ ਉਸ ਬੰਦੇ ਦੇ ਦਿਮਾਗ ਦੇ ਵਿੱਚ ਸੁਸਾਈਡ ਦਾ ਆਈਡੀਆ ਪਾ ਰਹੇ ਹਾਂ। ਇਹ ਸਾਇੰਟੀਫਿਕਲੀ ਪ੍ਰੂਵ ਹੋ ਚੁੱਕਿਆ ਹੈ ਕਿ ਕਦੀ ਵੀ ਕਿਸੇ ਵੀ ਬੰਦੇ ਨੂੰ ਸੁਸਾਈਡ ਦੀ ਗੱਲ ਕਰਕੇ ਉਹਦੇ ਦਿਮਾਗ ਦੇ ਵਿੱਚ ਸੁਸਾਈਡ ਦਾ ਆਈਡੀਆ ਨਹੀਂ ਪਾਇਆ ਜਾ ਸਕਦਾ। ਜਦਕਿ ਜਦੋਂ ਤੁਸੀਂ ਉਹਦੇ ਨਾਲ ਗੱਲ ਕਰਦੇ ਹੋ, ਜੇ ਉਹ ਸਗੋਂ ਉਹਨੂੰ ਆਪਾਂ ਨੂੰ ਬੈਟਰ ਇਨਸਾਈਟ ਮਿਲਦੀ ਹੈ, ਆਪਾਂ ਨੂੰ ਇਹ ਪਤਾ ਲੱਗਦਾ ਹੈ ਵੀ ਇਹ ਸੱਚੀ ਸੁਸਾਈਡਲ ਹੈ ਪੇਸ਼ੈਂਟ ਕਿ ਨਹੀਂ ਹੈ। ਸੋ ਆਪਾਂ ਅੱਗੇ ਤੋਂ ਇਨਫ ਕੇਅਰ ਕਰ ਸਕਦੇ ਹਾਂ। ਥੋੜ੍ਹਾ ਜਿਹਾ ਵੀ ਹਿੰਟ ਇਸ ਤਰ੍ਹਾਂ ਦਾ ਮਿਲ ਗਿਆ ਤਾਂ ਪੇਸ਼ੈਂਟ ਨੂੰ ਜਾਂ ਉਸ ਆਪਣੇ ਭੈਣ ਭਰਾ ਨੂੰ ਇਕੱਲਾ ਨਹੀਂ ਛੱਡਣਾ, ਹਮੇਸ਼ਾ ਉਹਦੇ ਨਾਲ ਰਹਿਣਾ, ਉਹਨੂੰ ਆਪਣੇ ਅੰਦਰ ਦੀਆਂ ਭਾਵਨਾਵਾਂ ਦੱਸਣ ਦੀ ਕੋਸ਼ਿਸ਼, ਉਹਨੂੰ ਇਨਕਰੇਜ ਕਰਨਾ ਵੀ ਉਹ ਆਪਣੇ ਅੰਦਰ ਦੀਆਂ ਭਾਵਨਾਵਾਂ ਦੱਸੇ। ਇਹਨਾਂ ਚੀਜ਼ਾਂ ਨਾਲ ਹੀ ਬੰਦਾ ਸੁਸਾਈਡ ਤੋਂ ਬਾਹਰ ਆ ਜਾਂਦਾ। ਇਕੱਲੇ ਬੈਠ ਕੇ ਜਦੋਂ ਵੀ ਬੰਦਾ ਆਪਣੇ ਆਪ ਨਾਲ ਗੱਲ ਕਰੇਗਾ ਤਾਂ ਹਮੇਸ਼ਾ ਪੋਜ਼ਿਟਿਵਿਟੀ ਹੀ ਆਏਗੀ, ਕਿਉਂਕਿ ਉਹ ਜਦੋਂ ਇਕੱਲਾ ਬੈਠਾ ਹੈ ਉਹ ਆਪਣੇ ਆਪ ਨੂੰ ਐਨਾਲਾਈਜ਼ ਕਰੇਗਾ ਅਤੇ ਆਪਣੀ ਚੀਜ਼ਾਂ ਨੂੰ ਐਨਾਲਾਈਜ਼ ਕਰੇਗਾ ਅਤੇ ਉਹਦੇ 'ਚੋਂ ਕੋਈ ਬੈਟਰ ਹੀ ਨਿਕਲੇਗਾ। ਇਸ ਤਣਾਅ ਤੋਂ ਮੁਫਤ ਹੋਣ ਦੇ ਲਈ ਅਸੀਂ ਆਪਣੇ ਆਪ ਨੂੰ ਬਹੁਤ ਸਾਰੇ ਕੰਮਾਂ ਦੇ ਵਿੱਚ ਬਿਜ਼ੀ ਕਰਦੇ, ਜਿੱਦਾਂ ਮੋਬਾਈਲ ਦੇ ਵਿੱਚ ਵਿਅਸਤ ਰੱਖ ਲਿਆ ਜਾਂ ਫਿਰ ਇੱਧਰ ਉੱਧਰ ਦੇ ਕੰਮਾਂ ਵਾਸਤੇ, ਹੈ ਨਾ। ਅਤੇ ਬਹੁਤ ਸਾਰੇ ਜਿੱਦਾਂ ਅੱਜ ਦੀ ਯੂਥ ਦੀ ਗੱਲ ਕਰਦੇ ਹਾਂ, ਨੌਜਵਾਨਾਂ ਦੀ ਗੱਲ ਕਰਦੇ ਹਾਂ, ਤਾਂ ਬੇਰੁਜ਼ਗਾਰੀ ਹੋ ਗਈ ਜਾਂ ਹੋਰ ਬਹੁਤ ਸਾਰੇ ਕਾਰਨ ਉਹਨਾਂ ਕੋਲ ਤਣਾਅ ਦੇ, ਅਤੇ ਕੀ ਉਹ ਇਸ ਤੋਂ ਮੁਫਤ ਹੋਣ ਦੇ ਲਈ ਨਸ਼ੇ ਦਾ ਜਿਹੜਾ ਸਹਾਰਾ ਲੈ ਸਕਦੇ ਨੇ? ਕਿ ਤੁਹਾਡੇ ਕੋਲ ਕਦੇ ਇੱਦਾਂ ਦਾ ਕੇਸ ਆਇਆ ਕਿ ਜਿਸ ਦੇ ਵਿੱਚ ਤਣਾਅ ਦੇ ਨਾਲ ਨਾਲ ਮਰੀਜ਼ ਜਿਹੜਾ ਨਸ਼ੇ ਦਾ ਪ੍ਰਯੋਗ ਵੀ ਕਰਦਾ ਹੋਵੇ, ਅਤੇ ਉਹ ਖਾਸ ਤੌਰ 'ਤੇ ਉਹ ਵੀ ਇਸ ਤਣਾਅ ਤੋਂ ਮੁਫਤ ਹੋਣ ਦੇ ਲਈ? ਦੇਖੋ, ਇੱਕ ਨਾ ਬਹੁਤ ਵੱਡਾ ਵਹਿਮ ਹੈ ਜਿਹੜਾ ਆਮ ਜਨਤਾ ਦੇ ਵਿੱਚ ਬਣਿਆ ਹੋਇਆ ਕਿ ਜੀ ਟੈਨਸ਼ਨ ਹੈ ਸ਼ਰਾਬ ਪੀ ਲਓ। ਇਹ ਸਭ ਤੋਂ ਵੱਡੀ ਇੱਕ ਮਿਥ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸਭ ਤੋਂ ਵੱਡੀ ਇੱਕ ਗਲਤ ਧਾਰਨਾ ਲੋਕਾਂ ਦੇ ਦਿਮਾਗ ਦੇ ਵਿੱਚ ਹੈ ਕਿ ਸ਼ਰਾਬ ਪੀ, ਬਲਕਿ ਜਿਹੜਾ ਬੰਦਾ ਸ਼ਰਾਬ ਪੀਂਦਾ ਉਹਨੂੰ ਕੁਝ ਨਾ ਵੀ ਹੋਏ, ਜੇ ਉਹ ਲਗਾਤਾਰ ਸ਼ਰਾਬ ਪੀਂਦਾ ਤਾਂ ਕੁਝ ਸਮੇਂ ਬਾਅਦ ਉਹਨੂੰ ਕੋਈ ਨਾ ਕੋਈ ਮਾਨਸਿਕ ਬਿਮਾਰੀ ਸ਼ੁਰੂ ਹੋ ਜਾਏਗੀ। ਇਹ ਜਿਹੜੀ ਮਾਨਸਿਕ ਬਿਮਾਰੀ ਹੈ ਇਹ ਇੱਕ ਮਾਮੂਲੀ ਐਂਗਜ਼ਾਇਟੀ ਤੋਂ ਲੈ ਕੇ ਡਿਪਰੈਸ਼ਨ ਤੱਕ ਹੋ ਸਕਦੀ ਹੈ। ਇੱਕ ਇਹ ਵੀ ਪਾਇਆ ਗਿਆ ਕਿ ਜਿਹੜੀ ਇੱਕ ਟਰਮ ਹੈਗੀ ਹੈ, ਇੱਕ ਸਾਇੰਟੀਫਿਕ ਟਰਮ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਅਲਕੋਹਲ ਇੰਡਿਊਸਡ ਡਿਪਰੈਸ਼ਨ। ਅਲਕੋਹਲ ਇੰਡਿਊਸਡ ਡਿਪਰੈਸ਼ਨ ਦਾ ਮਤਲਬ ਇਹ ਹੈ ਕਿ ਉਹ ਜਿਹੜੀ ਡਿਪਰੈਸ਼ਨ ਹੈ ਲਗਾਤਾਰ ਸ਼ਰਾਬ ਪੀਣ ਕਰਕੇ ਹੋਈ ਹੈ। ਇਹਦਾ ਜਿਹੜਾ ਸਭ ਤੋਂ ਸੌਖਾ ਇਲਾਜ ਹੈ ਕਿ ਇਨਸਾਨ ਸ਼ਰਾਬ ਛੱਡ ਦੇ, 2 ਤੋਂ 3 ਮਹੀਨੇ ਦੇ ਵਿੱਚ ਬਿਨਾਂ ਦਵਾਈ ਦੇ ਠੀਕ ਹੋ ਸਕਦਾ। ਪਰ ਜਿਹੜੀ ਅਲਕੋਹਲ ਇੰਡਿਊਸਡ ਡਿਪਰੈਸ਼ਨ ਹੁੰਦੀ ਹੈ ਇਹ 2 ਗੁਣਾ ਜ਼ਿਆਦਾ ਖਤਰਨਾਕ ਹੁੰਦੀ ਹੈ ਜਿਹੜੀ ਨੋਰਮਲ ਡਿਪਰੈਸ਼ਨ ਹੁੰਦੀ ਹੈ, ਕਿਉਂਕਿ ਇਹਦੇ 'ਚ ਸੁਸਾਈਡ ਦੇ ਚਾਂਸਿਸ ਹੈ ਉਹ ਜਿਹੜੇ ਬਹੁਤ ਜ਼ਿਆਦਾ ਵੱਧ ਜਾਂਦੇ ਆ। ਇਸੇ ਤਰ੍ਹਾਂ ਆਪਾਂ ਇਹ ਕਹਾਂਗੇ ਕਿ ਨਸ਼ਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ, ਕੋਈ ਵੀ ਸਮੱਸਿਆ ਹੈ ਆਪਾਂ ਨਸ਼ਾ ਕਰਕੇ ਉਹਦਾ ਕੁਛ ਸਮੇਂ ਲਈ ਉਹਦੇ ਤੋਂ ਬੇਹੋਸ਼ ਹੋ ਸਕਦੇ ਹਾਂ, ਆਪਾਂ ਉਹਦੇ ਤੋਂ ਦੂਰ ਚਲੇ ਜਾ ਸਕਦੇ ਹਾਂ, ਲੇਕਿਨ ਜਦੋਂ ਆਪਾਂ ਉੱਠਾਂਗੇ ਸਮੱਸਿਆ ਉੱਥੇ ਦੀ ਉੱਥੇ ਹੀ ਹੋਏਗੀ ਜਾਂ ਉਸ ਤੋਂ ਵੀ ਵੱਧ ਕੇ ਤੁਹਾਡੇ ਸਾਹਮਣੇ ਆਏਗੀ। ਜਿਸ ਤਰ੍ਹਾਂ ਆਮ ਤੌਰ 'ਤੇ ਪੇਸ਼ੈਂਟ ਕਹਿ ਦਿੰਦਾ ਜੀ ਮੈਨੂੰ ਤਾਂ ਦਫ਼ਤਰ ਦੇ ਵਿੱਚ ਸਟ੍ਰੈਸ ਸੀਗਾ, ਮੈਂ ਇਸ ਕਰਕੇ ਸ਼ਰਾਬ ਪੀਣ ਲੱਗ ਗਿਆ। ਦੇਖੋ, ਜੇ ਬੰਦਾ ਦਫ਼ਤਰ ਦੇ ਸਟ੍ਰੈਸ ਕਰਕੇ ਸ਼ਰਾਬ ਪੀਂਦਾ ਤਾਂ ਉਹਦੀ ਪਰਫੋਰਮੈਂਸ ਸਫ਼ਰ ਕਰੇਗੀ, ਉਹਦੀ ਅਟੈਂਡੈਂਸ ਸਫ਼ਰ ਕਰੇਗੀ, ਅਟੈਂਡੈਂਸ ਸਫ਼ਰ ਕਰਨ ਨਾਲ ਜਿਹੜੀ ਉਹ ਸਮੱਸਿਆ ਹੈ ਉਹਦੀ ਹੋਰ ਵੱਧ ਕੇ ਉਹਦੇ ਸਾਹਮਣੇ ਆਏਗੀ। ਇਸੇ ਤਰ੍ਹਾਂ ਕਿਸੇ ਵੀ ਦੁਨੀਆ 'ਚ ਕਿਸੇ ਵੀ ਸਮੱਸਿਆ ਦਾ ਹੱਲ ਨਸ਼ਾ ਨਹੀਂ ਹੈ, ਬਲਕਿ ਨਸ਼ਾ ਜੇ ਤੁਸੀਂ ਕਰਨ ਲੱਗ ਜਾਂਦੇ ਹੋ ਤਾਂ ਉਹ ਸਮੱਸਿਆ ਜਿਹੜੀ ਹੈ ਭਾਵੇਂ ਤੁਸੀਂ ਕੁਝ ਘੰਟਿਆਂ ਲਈ ਕੁਝ ਦਿਨਾਂ ਲਈ ਬੇਹੋਸ਼ ਹੋ ਸਕਦੇ ਹੋ, ਪਰ ਜਦੋਂ ਉੱਠੋਗੇ ਉਹ ਉਸ ਤੋਂ ਵੀ ਜ਼ਿਆਦਾ ਭਿੰਕਰ ਰੂਪ ਜਾਂ ਵੱਡਾ ਰੂਪ ਲੈ ਕੇ ਤੁਹਾਡੇ ਸਾਹਮਣੇ ਆਏ।
ਜੀ ਦੋਸਤੋ, ਇਹ ਸਨ ਡਾਕਟਰ ਸਤੀਸ਼ ਥਾਪਰ ਜੋ ਨੇ ਦਿਮਾਗੀ ਬਿਮਾਰੀਆਂ ਦੇ ਮਾਹਿਰ, ਅਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਤਣਾਅ ਤੋਂ ਮੁਫਤ ਹੋ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਜਿਹੜਾ ਖੁਸ਼ ਰੱਖ ਸਕਦੇ ਹਾਂ, ਅਤੇ ਇਸੇ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਇਹਨਾਂ ਤੋਂ ਦੂਰ ਹੋਣ ਦੇ ਲਈ ਉਹਨਾਂ ਤੋਂ ਕੀ ਸਾਵਧਾਨੀਆਂ ਅਸੀਂ ਵਰਤ ਸਕਦੇ ਹਾਂ, ਕਿਉਂਕਿ ਜੇਕਰ ਅਸੀਂ ਖੁਸ਼ ਰਹਾਂਗੇ, ਅਸੀਂ ਜਿੰਦਾ ਦਿਲ ਹੋਵਾਂਗੇ, ਅਤੇ ਤਾਂ ਹੀ ਅਸੀਂ ਆਪਣੇ ਆਪ ਨੂੰ ਖੁਸ਼ ਰੱਖ ਸਕਦੇ, ਆਪਣੇ ਆਸ ਪਾਸ ਨੂੰ ਖੁਸ਼ ਰੱਖ ਸਕਦੇ ਹਾਂ, ਅਤੇ ਸਭ ਤੋਂ ਵੱਡਾ ਖੁਸ਼ ਹੋਣ ਦਾ ਰੀਜ਼ਨ ਸਾਡੇ ਕੋਲ ਇਹ ਹੋਣਾ ਚਾਹੀਦਾ ਕਿ ਸਾਡਾ ਦਿਲ ਖੁਸ਼ ਹੋਣਾ ਚਾਹੀਦਾ, ਸਾਡਾ ਦਿਮਾਗ ਜਿਹੜਾ ਉਹ ਤਰੋ ਤਾਜ਼ਾ ਹੋਣਾ ਚਾਹੀਦਾ, ਜੇਕਰ ਅਸੀਂ ਖੁਸ਼ ਹੋਵਾਂਗੇ ਤਾਂ ਸਾਡਾ ਆਲਾ ਦੁਆਲਾ ਸਾਨੂੰ ਚੰਗਾ ਵੀ ਲੱਗੇਗਾ ਅਤੇ ਖੁਸ਼ ਵੀ ਲੱਗੇਗਾ, ਅਤੇ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਤੋਂ ਦੂਰ ਹੋਣ ਦੇ ਲਈ ਅਸੀਂ ਤੰਦਰੁਸਤ ਤਾਂ ਰਹਿਣਾ ਹੀ ਰਹਿਣਾ ਗਾ, ਫਿਰ ਅਜਿਹੀ ਤੰਦਰੁਸਤੀ ਅਤੇ ਸਿਹਤ ਸੰਬੰਧੀ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੈਂ ਅਮਨ ਅਤੇ ਮੇਰੇ ਸਹਿਯੋਗੀ ਗੁਰਦਾਸ ਤਾਲੀਵਾਲ।